ਅਸਲਾਮੁਅਲੈਕਮ ਸਾਰੇ ਦੋਸਤਾਂ ਨੂੰ ਮੇਰੀ ਤਰਫੋਂ ਪਿਆਰ ਭਰਿਆ ਸਲਾਮ ਤੇ ਯਾਰ ਇੱਕ ਕਮੇਟੀ ਦੀ ਰੁਟੀਨ ਦੀ ਬੜੀ ਰਿਕਵੈਸਟ ਆ ਰਹੀ ਸੀ ਕਿ ਇੱਕ ਕਮੇਟੀ ਦੀ ਕੋਈ ਪੱਟੀ ਦੀ ਰੁਟੀਨ ਹੋਵੇ ਤੇ ਉਹ ਸਾਨੂੰ ਸੈਂਡ ਕਰੋ ਜਿਹੜੀ ਲੱਗ ਕੇ ਜਾਵੇ ਤੇ ਉਹ ਰੁਟੀਨ ਕੈਲੋਕ ਮੇਰੀ 2 ਸਾਲ ਦੀ ਮਿਹਨਤ ਕੈਲੋ ਨੂੰ ਯਾ ਮੇਰੇ 2 ਸਾਲ ਦੀ ਜਿਹੜੀ ਵਿਨਿੰਗ ਮੈਂ ਕਰ ਰਿਹਾ ਉਹ ਤੁਹਾਡੇ ਖਿਦਮਤ ਹਾਜ਼ਰੇ ਖਿਦਮਤ ਕਰ ਰਿਹਾ ਮੈਂ ਇਸ ਟਾਈਮ ਹੋਰ ਮੈਂ ਕੋਈ ਗੇਮ ਪਲੇ ਕਰਾਂ ਜਾਂ ਨਾ ਕਰਾਂ ਮੈਂ ਆਹ ਵਾਲੀ ਕਮੇਟੀ لازਮੀ ਪਲੇ ਕਰਦਾ ਹਰ ਪੱਟੀ ਦੇ ਵਿੱਚ ਬਣਾ ਕੇ لازਮੀ ਪਲੇ ਕਰਦਾ ਤੇ ਇਨਸ਼ਾਅੱਲਾ ਲੱਗ ਕੇ ਜਾ ਰਹੀ ਹੈ 1.5 2 ਸਾਲ ਤੇ ਹੋ ਗਏ ਨੇ लग के जा रही है इस तक अनब्रेक है तो वह अनब्रेक कमेटी रूटीन थोड़े दोस्तों थोड़े तो प्यार दी नज़र कर रहे हैं तो रूटीन जान तो पहले एक ज़रूरी ऐलान ये गैस सिर्फ और सिर्फ पाकिस्तान के जारी करता प्राइज़ बॉन्ड के लिए हैं लिहाजा इन लम्बरों से शुरू होने वाले प्राइज़ बॉन्ड खरीदें और मुल्क की मैशियत को मजबूत करने में अहम किरदार अदा करे ਪਰਛੇ ਜੁਵਾ ਕਾਨੂੰਨਾਂ ਜੁਰਮ ਹੈ ਬਨ ਜਨਬ ਆਸਫ ਫੋਟੋਸਟੇਟ ਕੈਸ ਪੇਪਰ ਯਾਰ ਤੁਹਾਨੂੰ ਅਗਰ ਰੂਟੀਨ ਅੱਛੀ ਲੱਗੇ ਇੱਕ ਕਮੇਟੀ ਅੱਛੀ ਲੱਗੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਸਕਿਪ ਕਰਕੇ ਨਾ ਦੇਖਿਆ ਕਰੋ ਠੀਕ ਹੈ ਰੂਟੀਨ ਨੂੰ ਅੱਛੀ ਤਰ੍ਹਾਂ ਸਮਝਿਆ ਕਰੋ ਅੱਗੇ ਕਰਕੇ ਦੇਖੋਗੇ ਤੁਹਾਨੂੰ ਰੂਟੀਨ ਦੀ ਸਮਝ ਨਹੀਂ ਆਏਗੀ ਤੇ لہذا ਰੂਟੀਨ ਸਕਿਪ ਕੀਤੇ ਬਗੈਰ ਲਾਜ਼ਮੀ ਦੇਖਣਾ ਕਿਉਂਕਿ ਮੇਰੀ ਇਹ 2 ਸਾਲਾਂ ਦੀ ਮਿਹਨਤ ਹੈ ਜਿਹੜੀ ਮੈਂ ਤੁਹਾਡੇ ਪਿਆਰ ਦੀ ਨਜ਼ਰ ਕਰ ਰਿਹਾ ਤੇ ਇਨਕਦਰ ਤੁਸੀਂ ਕਰ ਸਕਦੇ ਹੋ ਕਿ ਰੂਟੀਨ ਨੂੰ ਪੂਰੀ ਵੀਡੀਓ ਨੂੰ ਪੂਰੀ ਵਾਚ ਕਰਨਾ ਤੇ ਲਾਈਕ ਦਾ ਬਟਨ ਲਾਜ਼ਮੀ ਕਲਿੱਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ 2018 ਤੋਂ ਹਰ ਪੱਟੀ ਦੀ ਕਮੇਟੀ ਐਂਡ ਬ੍ਰੇਕ ਠੀਕ ਹੈ ਜੀ ਇਹ 200 ਵਾਲੇ ਬੌਂਡ ਤੋਂ ਨਿਕਲਦੀ ਹੈ ਕਮੇਟੀ ਦੀ ਚੇ ਵਾਲੀ ਪੱਟੀ 8190 84 ਲੱਗੀ ਸੀ 200 ਵਾਲੇ ਬੌਂਡ 'ਚ ਇੱਥੋਂ ਕੱਢਾਂਗੇ ਤੇ ਥੱਲੇ ਵਾਲੇ 6 ਡਰਾਮਾ ਦੇ ਵਿੱਚ ਵਿੱਚ ਇਹ 9 ਆਕੜਿਆਂ ਦੇ ਵਿੱਚੋਂ ਆਕੜਾ ਲਾਸਟ ਵਿੱਚ ਪਲੇ ਹੋਏਗਾ ਤੇ ਦੋ ਸੈਂਟਰ ਹੈ ਮੇਰੇ ਕੋਲ ਸਿਰਫ ਦੋ ਸੈਂਟਰ ਠੀਕ ਹੈ ਜੀ 817984 ਲੱਗੀ ਸੀ ਇਹਦਾ ਪੰਜਵਾਂ ਫਿਗਰ ਹੈ 8 ਦਾ ਠੀਕ ਹੈ 8 ਨੂੰ ਬਾਹਰ ਕੱਢਿਆ 8 ਦਾ ਘਾਰ 3 ਤੇ 3 ਤੋਂ 1 ਘਟਾਇਆ ਤੇ 2 ਇਹ ਸਾਡੇ ਓਪਨ ਹੈ ਫਰੰਟ ਅਕੜ ਦੀ ਜਮਾਜੇ 9 9 ਨੂੰ ਬਾਹਰ ਕੱਢਿਆ 9 ਦਾ ਘਾਰ 4 ਤੇ 9 ਤੋਂ 1 8 ਇੱਕ ক্লোਜ਼ ਤੇ 05 ਦਾ ਸਾਡੇ ਕੋਲ ਸੈਂਟਰ ਸੀ ਤੇ 84 0 ਲੱਗਦੀ ਐਸੀ ਤਰ੍ਹਾਂ ਅਸ ਤੋਂ ਬਾਅਦ ਲੱਗੀ ਜੇ 200 ਵਾਲੇ ਚ 419270 ਪੰਜਵਾਂ ਫਿਗਰ 7 7 ਨੂੰ ਬਾਹਰ ਕੱਢਿਆ ਉਹਦਾ ਘਾਰ 2 2 ਚੋਂ 1 1 127 ਦਾ ਓਪਨ ਠੀਕ ਐ ਫਰੰਟ ਆਕੜੇ ਦੀ ਜਮਾ ਜੇ 5 5 ਬਾਹਰ ਕੱਢਿਆ ਜੇ 5 ਦਾ ਘਾਰ 0 ਠੀਕ ਹੈ ਤਾਂ 5 ਤੋਂ 1 4 504 ਦਾ ক্লোজ ਤੇ 05 ਦਾ ਸੈਂਟਰ ਸੀ ਇੱਥੇ ਵੀ ਤੇ 75 5 ਦਾ ਪੈਕਟ ਲੱਗ ਗਿਆ ਜੀ ਫਸਟ ਇਸ ਤੋਂ ਬਾਅਦ ਲੱਗੀ ਜੀ 53 96 63 ਪੰਜਵਾਂ ਫਿਗਰ 6 6 ਦਾਕਰ 1 1 ਚੋਂ 1 0 016 ਦਾ ఓపెਨ ਫਰੰਟ ਅਕੜੇ ਦੀ ਜਮਾ 8 8 ਦਾ ਘਰ 3 ਤੇ 8 ਚੋਂ 1 7 7 3 8 ਦਾ ক্লোਜ਼ ਤੇ 05 ਦੇ ਸੈਂਟਰ ਸੇ ਇੱਥੇ ਵੀ ਤੇ 630 ਲੱਗੀ ਜੀ ਠੀਕ ਹੈ ਇਸ ਤੋਂ ਬਾਅਦ 52 72 35 ਲੱਗੀ ਹੈ 200 ਵਾਲੇ ਜੀ ਇਹਦਾ ਪੰਜਵਾਂ ਫਿਗਰ 3 3 ਨੂੰ ਬਾਹਰ ਕੱਢਿਆ 3 ਦਾ ਕਰ ਲਿਆ 8 8 ਚੋਂ 1 7 7 8 3 ਦਾ ਓਪਨ 1/0 ਦਾ ਕਲੋਸ ਫਰੰਟ ਅਕੜ ਦੀ ਜਮਾਈ ਕਿਸ ਇਹ ਕ ਨੂੰ ਬਾਹਰ ਕੱਢਿਆ ਦਾ ਕਰ ਲਿਆ ਤੇ 1 ਚੋਂ 1 ਕੀਤਾ ਤੇ 0 0 ਓਪਨ 1/0 ਦਾ ਕਲੋਸ ਫਰੰਟ ਅਕੜ ਦੀ ਜਮਾਈ ਕਿਸ ਇਹ ਕ ਨੂੰ ਬਾਹਰ ਕੱਢਿਆ ਦਾ ਕਰ ਲਿਆ ਤੇ 1 ਚੋਂ 1 ਕੀਤਾ ਤੇ 0 0 1/6 ਦਾ ਕਲੋਸ ਤੇ 05 ਦਾ ਵੀ ਇੱਥੇ ਹੀ ਸੈਂਟਰ ਸੀ ਤੇ 315 ਲੱਗ ਗਿਆ। ਅੱਛਾ ਜੀ। 389955 ਲੱਗੀ ਇਸ ਤੋਂ ਬਾਅਦ ਪੰਜਵਾਂ ਫਿਗਰ 5 5 ਨੂੰ ਬਾਹਰ ਕੱਢਿਆ 5 ਦਾ ਘਰ ਲਿਆ 9 5 ਦਾ ਘਰ ਲਿਆ 0 0 ਜੋ ਇੱਕ ਘਟ ਕੀਤਾ ਤੇ 9 905 ਦਾ ਓਪਨ ਫਰੰਟ ਆਕਰ ਦੇ ਜਮਾ ਜੇ 2 2 ਬਾਹਰ ਕੱਢਿਆ ਦੋ ਦਾ ਘਰ ਲਿਆ 7 ਤੇ 2 ਚੋਂ 1 ਮਾਈਨਸ ਕੀਤਾ ਤੇ 1 ਇਹ ਸਾਡੇ ਕੋਲ ਸੀ ਤੇ 3 8 ਦਾ ਸੈਂਟਰ ਸੀ ਤੇ 51 8 ਫਸ ਲੱਗ ਗਈ ਠੀਕ ਹੈ ਇਸ ਤੋਂ ਬਾਅਦ 16 92 99 ਲੱਗੀ 200 ਵਾਲੇ ਚ ਇਹਦਾ ਪੰਜਵਾਂ ਫਿਗਰ 9 9 ਨੂੰ ਬਾਹਰ ਘਟਿਆ ਜੇ ਤੇ 9 ਦਾ ਘਰ ਲਿਆ ਤੇ 4 4 4 1 3 3 4 9 ਦਾ ਓਪਨ ਫਰੋਂਟ ਆਕੜੇ ਦੀ ਜਮਾ ਜੇ 7 7 ਬਾਰ ਘੱਡਿਆ ਇਹਦਾ ਘਾਰ ਲਿਆ 2 7 2 1 6 ਇਹ ਸਾਡੇ ক্লোਜ਼ ਸੀ ਤੇ 3 8 ਦਾ ਹੀ ਇੱਥੇ ਵੀ ਸੈਂਟਰ ਸੀ ਤੇ 47 3 ਲੱਗ ਗਈ ਥੱਲੇ ਵਾਲੀ ਪੱਟੀ ਦੇ ਵਿੱਚ ਠੀਕ ਹੈ ਇਹ ਮੈਂ ਤੁਹਾਨੂੰ ਹੁਣ ਗ੍ਰਾਫ ਤੋਂ ਦਿਖਾਣਾ ਹਾਂ ਇਹ ਦੇਖੋ ਜੀ 8199 ਜੀ ਲੱਗੀ ਸੀ 8199 ਤੋਂ ਰੂਟੇਨ ਸਟਾਰਟ ਹੈ ਇੱਥੋਂ ਕੱਢੀ ਏ ਤੇ ਇਹ ਲੱਗੀ ਜੀ 840 91 4192 ਚੋ ਕੱਢੀ ਏ ਤੇ ਇਹ ਲੱਗ ਗਿਆ 75 53 963 160 ਚੋ ਕੱਢੀ ਏ ਤੇ ਲੱਗੀ 630 5572 35 ਚੋ ਗੱਡੀ ਠੀਕ ਹੈ ਇਹ ਲੱਗ ਗਿਆ 315 389955 ਜੋ ਕੱਢਿਆ ਤੇ ਇਹ ਲੱਗ ਗਿਆ 518 169299 ਜੋ ਕੱਢੇ ਇਹ ਲੱਗ ਗਿਆ 473 ਠੀਕ ਹੈ ਇਹ ਹੁਣ ਇਤੋਂ ਕੱਢਾਂਗੇ 27942 ਤੋਂ ਇਸ ਤੋਂ ਬਾਅਦ ਲੱਗੀ ਜੀ 275942 ਠੀਕ ਹੈ ਚੌਥਾ ਪੰਜਵਾਂ ਫਿਗਰ 4 4 ਨੂੰ ਬਾਹਰ ਕੱਢਿਆ 4 ਦਾ ਘਰ ਲਿਆ 9 9 6 1 8 4 9 85 ਸੀ ਠੀਕ ਹੈ ਤੇ ਫਰੰਟ ਰਕਟ ਦੀ ਜਮ੍ਹਾਂ ਜ 9 9 ਨੂੰ ਬਾਹਰ ਕੱਢਿਆ 9 ਦਾ ਘਰ ਲਿਆ 4 ਤੇ 9 6 1 8 ਐ ਸਾਡੇ ক্লোਜ਼ ਸੀ ਤੇ 3 8 ਦਾ ਸੈਂਟਰ ਸੀ ਠੀਕ ਹੈ ਤੇ 483 ਦੀ ਪੈਕਟ ਫਸਟ ਲੱਗ ਗਈ ਸਹੀ ਹੈ ਜੀ ਇਸ ਤੋਂ ਬਾਅਦ ਲੱਗੀ ਜੀ 096 176 ਪੰਜਵਾਂ ਫਿਗਰ 7 ਸੱਤ ਨੂੰ ਬਾਹਰ ਕੱਢ ਲੈਣਾ 7 ਤੇ 7 ਦਾ ਘਾਰ ਤੋਂ 2 2 ਚ ਇੱਕ ਮਾਈਨਸ 1 1 2 7 ਦਾ ਸਾਡੇ ਕੋਲ ਓਪਨ ਸੀ ਠੀਕ ਹੈ ਤੇ ਫਰੰਟ ਅਕੜ ਦੇ ਜਮਾ ਜ 9 9 ਬਾਹਰ ਕੱਢੇ नौ का कर लिया चार नौ चौ एक माइनस ठीक है ते ये साढ़े क्लोज से तीन अठ देंटर से यह लग गई जी उन्नी तीन फस्ट ठीक हो गया इस तो बाद उन्न चौरानवे उनासी लगी सी पिछले ड्राते ठीक है ਮੈਂ ਤਾਂ ਉਹਗੇ ਅਰਜ਼ ਕਰ ਚੁੱਕੇ ਹਾਂ ਕਿ ਅਗਰ ਮੈਂ ਹੋਰ ਮੈਂ ਕੋਈ ਚੀਜ਼ ਪਲੇ ਕਰਾਂ ਨਾ ਕਰਾਂ ਇਹ ਕਮੇਟੀ ਮੈਂ ਜ਼ਰੂਰ ਆਕੜਿਆਂ ਦੀ ਸੂਰਤ ਚ ਢੰਡੋਲਿਆਂ ਦੀ ਸੂਰਤ ਚ ਜ਼ਰੂਰ ਪਲੇ ਕਰਦਾ আচ্ছা ਜੀ ਪੰਜਵਾਂ ਫਿਕਰ ਲੱਗਾ ਜੀ 7 7 ਨੂੰ ਬਾਹਰ ਕੱਢਿਆ 7 ਦਾ ਘਰ ਲਿਆ 2 2 ਚ 1 ਮਾਈਨਸ 1 1 2 7 ਦਾ ਸਾਡੇ ਕੋਲ ਓਪਨ ਫਰੰਟ ਆਕੜੇ ਦੀ ਜਮਾ 6 6 ਨੂੰ ਬਾਹਰ ਕੱਢਿਆ 6 ਦਾ ਘਰ 1 ਤੇ 6 ਚੋਂ 1 5 5 1 6 ਦਾ ক্লোਸ ਤੇ 2 7 ਦਾ ਇੱਥੇ ਮੇਰੇ ਕੋਲ ਸੈਂਟਰ ਸੀ ਠੀਕ ਹੈ ਜੀ ਇਹ ਦੇਖੋ 21 7 ਦੀ ਪੈਕਟ ਲੱਗ ਗਈ ਠੀਕ ਹੈ ਐਸ ਵਾਰ ਕੀ ਨਿਕਲ ਰਿਹਾ ਉਹਦਾ ਵੀ ਮੈਂ ਤੁਹਾਨੂੰ ਦੱਸ ਦੇਣਾ ਆ ਦੇਖੋ 040529 ਪੂਰਾ ਬ੍ਰੋਕਰ ਲੱਗਾ ਜੇ 200 ਦੇ ਵਿੱਚ ਹੈ ਹੁਣ ਇਹਦਾ ਜਿਹੜਾ ਪੰਜਵਾਂ ਫਿਗਰ ਹੈ ਜੀ 2 ਹੈ ਇਹਨੂੰ ਬਾਹਰ ਕੱਢ ਲੈਣਾ 2 2 ਦਾ ਆਕਾਰ 7 7 ਚੋਂ 1 6 2 7 6 ਦਾ ਓਪਨ ਕਹਿੰਦਾ ਮੈਂ ਥੱਲੇ ਵਾਲੀ ਪੱਟੀ ਦੇ ਵਿੱਚ ਲਗਾਣਾ ਠੀਕ ਹੈ ਤੇ 0 4 ਫਰੰਟ ਆਕੜੇ ਦੀ ਜਮਾਜਤ 4 4 ਦਾ ਆਕਾਰ 9 4 ਚੋਂ 1 3 ਇਹ ਸਾਡੇ ਕੋਲ ਉਸ ਠੀਕ ਸੈਂਟਰ ਮੈਂ ਤੁਹਾਡੇ ਕੋਲ ਸ਼ੋ ਨਹੀਂ ਕਰ ਰਹੇ تھے۔ ਜਿਸ ਬੰਦੇ ਨੂੰ ਇਸ ਇਹਦੇ ਸੈਂਟਰ ਚਾਹੀਦੇ ਨੇ ਦੋ ਹੀ ਸੈਂਟਰ ਨੇ ਇਹਦੇ ਸੈਂਟਰ ਚਾਹੀਦੇ ਨੇ ਦੋ ਹੀ ਸੈਂਟਰ ਨੇ ਠੀਕ ਹੈ ਉਹ ਮੇਨਾ ਇਸ ਨੰਬਰ ਤੇ ਰਾਬਤਾ ਕਰ ਲਵੇ 0313 710 8408 ਠੀਕ ਹੈ ਐਸ ਨੰਬਰ ਤੇ ਰਾਪਤਾ ਕਰ ਲੋ ਤੁਹਾਨੂੰ ਇਹਦੇ ਸੈਂਟਰ ਵੀ ਮਿਲ ਜਾਣਗੇ ਤੇ ਇਸ ਤੋਂ ਇਲਾਵਾ ਤੁਹਾਨੂੰ ਬਾਰ ਬਾਰ ਅਰਜ਼ ਕਰ ਰਹੇ ਆ ਕਿ ਦੋ ਆਕੜੇ ਇਸ ਵਾਰੀ ਸਿਰਫ ਵੀਆਈਪੀ ਦੋ ਆਕੜੇ ਫਸ ਸੈਕਿੰਡ ਵਾਸਤੇ ਤੇ 6 ਟੰਡੋਲੇ 6 ਟੰਡੋਲੇ ਵੀਆਈਪੀ ਜਾ ਯਾਰ ਕੀ ਮੋਜ ਕਰੋਗੇ ਤੇ ਇੱਕ ਪੀਸੀ ਵੀ ਖਿਲਾ ਰਹੇ ਤੁਹਾਨੂੰ ਇੱਕ ਪੀਸੀ ਸੈਕਿੰਡ ਦੀ ਸਿੰਗਲ ਪੀਸੀ ਸੈਕਿੰਡ ਠੀਕ ਹੈ ਇੱਕੋ ਹੀ ਪੀਸੀ ਹੈ ਸੈਕਿੰਡ ਵਾਸਤੇ ਠੀਕ ਹੈ ਜਿਸ ਬੰਦੇ ਨੇ ਚਾਹੀਦੀ ਹੈ ਯਾ ਜਿਹੜੇ ਦੋ ਆਕੜੇ ਵੀਆਈਪੀ ਛੇ ਢੰਡੋਲੇ ਦੇ ਇੱਕ ਪੀਸੀ ਲੈਣਾ ਚਾਹਦਾ ਮੈਨੂੰ ਇਸ ਨੰਬਰ ਤੇ رابطہ ਕਰ ਲਓ ਠੀਕ ਹੈ ਅਨੀਸ ਬੱਟੀ ਮੇਰਾ ਨਾਮ ਹੈ ਠੀਕ ਹੈ ਇਨਸ਼ਾਅੱਲਾ ਲਾਜ਼ਮੀ ਬੇਨ ਹੋਣਗੇ ਲਾਜ਼ਮੀ ਡੀਲਰਾਂ ਦੀ ਮੌਤ ਹੋਏਗੀ ਇਨਸ਼ਾਅੱਲਾ ਇਸ ਵਾਰੀ ਤੇ ਵਾਪਸ ਰੁਟੀਨ ਦੀ ਤਰਫ ਆਨੇ ਇਹਦੇ ਸੈਂਟਰ ਮੈਂ ਤੁਹਾਨੂੰ ਸ਼ੋਅ ਨਹੀਂ ਕਰ ਰਹੀ ਉਹਦੀ ਮਜਬੂਰੀ ਤੁਹਾਨੂੰ ਆਸੂ ਭਾਈ ਨੇ ਪਿਛਲੀ ਵੀਡੀਓ ਤੇ ਵੀ ਅਰਜ਼ ਕੀਤੀ ਹੈ ਕਿ ਪੇਪਰਾਂ ਵਾਲੇ ਜਿਹੜੇ ਨਾ ਉਹ ਰੁਟੀਨਾ ਚੁੱਕੇ ਉਹ ਯਾਰ ਕੈਸੀ ਗੱਲ ਹੈ ਯਾਰ ਉਹ ਸਾਡੀ 04 ਦਾ ਅਕੜਾ ਸਾਡ ਨੂੰ ਹੀ 044 ਦੀ ਪੈਕਟ ਪੇਪਰ ਚ ਲਿਖ ਕੇ ਤੇ ਸਾੰਮੀ ਸੈਂਡ ਕਰਨਦੇ ਆ ਯਾਰ ਕੀ ਬਾਤ ਆ ਯਾਰ ਬਣਾਓ ਹੁਣ ਪੇਪਰ ਬਣਾਓ ਪੇਪਰ ਬਣਾਉਣ ਵਾਲੇ ਉਹਦਾ ਹੱਲ ਸੋਚ ਲਿਆ ਕਰੋ ਹੁਣ ਅੱਛਾ ਜੀ ਇਹਦੇ ਅਕੜੇ ਬੰਦੇ ਨੇ ਜੀ 29 24 23 74 79 73 64 69 ਤੇ 63 ਠੀਕ ਹੈ ਇਹ ਨੋ ਆਕੜੇ ਬੰਦੇ ਨੇ ਇਨਸ਼ਾਅੱਲਾ ਇਹਨਾਂ ਨੋ ਆਕੜਿਆਂ ਦੇ ਵਿੱਚੋਂ ਇੱਕ ਆਕੜਾ ਤੁਹਾਨੂੰ ਥੱਲੇ ਵਾਲੀ ਪੱਟੀ ਦੇ ਵਿੱਚ ਲਾਜ਼ਮੀ ਪ੍ਰਿੰਟ ਹੋਇਆ ਨਜ਼ਰ ਆਏਗਾ ਲਾਜ਼ਮੀ ਇਹਦੇ ਜੋ ਸਿਰਫ ਮੈਂ ਸਿਰਫ ਤਿੰਨ ਨਕੜੇ ਵੀਆਈਪੀ ਕੀਤੇ ਹੋਏ ਤਿੰਨ ਨਕੜੇ ਵੀਆਈਪੀ ਜਿਹੜੇ ਇਸ ਪੱਟੀ 'ਚ ਲੱਗੇ ਜਾਣਗੇ ਤੇ ਫਿਰ ਇੱਕ ਵਾਰੀਅਰਸ ਕਰ ਰਹੇ ਹਾਂ ਕਿ ਦੋ ਆਕੜੇ VIP ਫਸ ਸੈਕਿੰਡ 6 ਟੰਡੋਲੇ VIP ਤੇ ਇੱਕ PC ਸੈਕਿੰਡ ਦੀ ਠੀਕ ਹੈ ਲਾਜ਼ਮੀ ਵਿਨ ਹੋਏਗੀ ਤੇ ਐਮ ਐ ਐ ਰੂਟੀਨ ਮੈਂ ਆਪਣੇ ਉਸਤਾਦ ਮਹਤਰਮ ਉਸਤਾਦ ਮਹਤਰਮ AM ਪ੍ਰਾਈਸ ਬੌਂਡ ਵਾਲੇ AM ਪ੍ਰਾਈਸ ਬੌਂਡ जनाब आसम मलिक ਦੇ ਨਾਮ ਕਰ ਰਹੇ ਜੀ ਇਹ ਮੇਰੇ ਉਸਤਾਦ ਮਹਤਮਰਮ ਨੇ ਠੀਕ ਹੈ ਜੀ ਇਹਨਾਂ ਦਾ ਚੈਨਲ ਹੈ AM ਪ੍ਰਾਈਸ ਬੌਂਡ ਠੀਕ ਹੈ ਬਹੁਤ ਜ਼ਬਰਦਸਤ ਤੇ ਬਹੁਤ ਮਨਫਰੇਦ ਰੁਟੀਨਾ ਹੁੰਦੀਆਂ ਨੇ ਠੀਕ ਹੈ ਮਜ਼ਾ ਆਏਗਾ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਤੇ ਬਹੁਤ ਜ਼ਬਰਦਸਤ ਰੁਟੀਨਾ ਹੁੰਦੀਆਂ ਇਹਨਾਂ ਦੀ ਠੀਕ ਹੈ AM prize bond lazmi subscribe karna theek hai te ik cheez tade dost da bhawana nu hor main das dawan ne koi ik close di routine chaldi aa rahi hai theek hai do closean de vichon close lazmi chalda do closean de vichon close lagda aa reha je lazmi 2000 15 ਤੋਂ ਰੂਟੀਨ ਸਟਾਰਟ ਹੈ 2015 ਤੋਂ ਠੀਕ ਹੈ ਇਹ ਵੀ ਮੈਂ ਤੁਹਾਡੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿੰਦਾ ਮੈਂ ਕਾਪੀ ਤੇ ਲਿਖੀ ਤੇ ਮੈਂ ਤੁਹਾਡਾ ਨਾਲ ਜ਼ਰੂਰ ਸ਼ੇਅਰ ਕਰਾਂਗਾ ਅੱਛਾ ਰੂਟੀਨ ਇਦਾਂ ਕਰਨਾ ਹੈ ਭਾਜੀ ਇਹ 2015 ਦੇ ਤੋਂ ਸਟਾਰਟ ਹੈਗੀ 15000 ਦਾ ਜਿਹੜਾ ਓਪਨ ਲੱਗਾ ਜੀ ਉਹ ਓਪਨ ਤੇ 200 ਵਾਲਾ ਓਪਨ ਇਹਨਾਂ ਨੂੰ ਜਮ੍ਹਾਂ ਕਰ ਲੈਣਾ ਇਹਨਾਂ ਦੀ ਜਮ੍ਹਾਂ ਹੋ ਗਈ ਜ 5 5 ਤੇ 5 ਦਾ ਘਰ ਜ਼ੀਰੋ ਇਹ ਜ਼ੀਰੋ 5 ਦਾ ক্লোਜ਼ ਥੱਲੇ ਵਾਲੀ ਪੱਟੀ ਦੇ ਵਿੱਚ ਲਾਜ਼ਮੀ ਲੱਗ ਕੇ ਜਾਣਾ ਸੀ ਆ ਦੇਖੋ ਇਹ ਜ਼ੀਰੋ ਲੱਗ ਗਿਆ ਇਸ ਤੋਂ ਥੱਲੇ ਲੱਗਿਆ ਜ 15000 ਦਾ 9 15000 ਦਾ 9 ਦਾ ਓਪਨ ਠੀਕ ਹੈ ਇਹ ਇਹ 9 ਦਾ ਓਪਨ ਲੱਗਾ ਜੀ ਤੇ 200 ਵਾਲੇ ਨੇ ਲਾਇਆ ਜ 2 ਦਾ ਓਪਨ ਇਹ ਜਮ੍ਹਾਂ ਹੋ ਗਈ ਜੀ 2 2 ਤੇ 2 ਦਾ ਘਰ 7 2 7 ਦਾ ক্লোজ ਥੱਲੇ ਵਾਲੀ ਪੱਟੀ ਚ ਲਾਜ਼ਮੀ ਲੱਗਣਾ ਸੀ ਆ ਦੇਖੋ ਬੱਤੀ ਲੱਗ ਗਈ ਇਹ اسی ਤਰ੍ਹਾਂ ਰੂਟੀਨ ਚੱਲਦੀ ਆ ਰਹੀ ਹੈ ਠੀਕ ਹੈ ਇਹ ਦੇਖੋ ਮੈਂ ਇੱਧਰ ਲਿਖੀ ਹੋਈ ਹੈ ਮੈਂ ਤੁਹਾਨੂੰ ਕਾਪੀ ਤੇ ਦੁਕਾਨਾ اسی ਤਰ੍ਹਾਂ ਰੂਟੀਨ ਚੱਲਦੀ ਆ ਰਹੀ ਇਹ 96 ਲੱਗੀ ਸੀ ਇੱਧਰ ਲੱਗੀ ਸੀ 59 ਠੀਕ ਹੈ ਇਹ 0 5 ਦਾ ক্লোজ ਲੱਗਣਾ ਸੀ ਤੇ 80 ਲੱਗ ਗਈ 15000 ਵਾਲੇ ਬੌਂਡ 'ਚ ਲੱਗੀ 99 200 ਵਾਲੇ 'ਚ ਲੱਗੀ 29 ਠੀਕ ਹੈ ਇਹ 27 ਦਾ ক্লোਜ਼ ਸੀ ਤਾਂ 32 ਲੱਗੀ ਫੇ 15000 ਨੇ ਲਾਈ 48 200 ਵਾਲੇ ਨੇ ਲਾਇਆ 71 7 ਤੇ 4 11 ਜਮ੍ਹਾਂ ਹੋ ਗਈ 2 2 ਤੇ 2 ਦਾ ਘਰ 7 ਇਹ 27 ਦਾ ক্লোਜ਼ ਸੀ ਥੱਲੇ لازਮੀ ਲਗਣਾ ਸੀ 37 ਲੱਗ ਗਈ ਇਹ ਇਸੇ ਤਰ੍ਹਾਂ ਰੁਟੀਨ ਚੱਲਦੀ ਆ ਰਹੀ ਹੈ ਠੀਕ ਹੈ ਤੇ ਤੁਹਾਨੂੰ ਆ ਪਿਛਲੇ ਸਾਲ ਤੋਂ ਮੈਂ ਦਿਖਾ ਦਿਨਾ 2 2 3 3 4 4 ਅਕੜੇ ਵੀ ਲੱਗਦੇ ਆ ਰਹੇ ਠੀਕ ਹੈ ਇਹ ਇੱਥੋਂ ਦੇਖ ਲਓ ਚਲੋ ਆ ਦੇਖੋ ਤਿੰਨ ਅਕੜੇ ਲੱਗੇ ਮੈਂ ਦਿਖਾਵਾਂ ਤੁਹਾਨੂੰ ਇਹ 15000 ਦੇ ਵਿੱਚ ਲੱਗੇ ਸੀ 26 ਕਿ ਉਹਦੇ ਸਾਹਮਣੇ ਹੀ 200 ਵਾਲੇ ਬੌਂਡ ਦੇ ਵਿੱਚ ਲੱਗੀ ਸੀ 59 ਇਹ 5 ਤੇ 2 7 7 ਦਾ ਘਰ 2 ਇਹ 2 7 ਦਾ ਕਹਿੰਦਾ ਮੈਂ ক্লোਜ਼ ਥੱਲੇ ਵਾਲੀ ਪੱਟੀ ਚ ਲਾਣਾ ਸੀ ਤੇ 37 ਦਾ ਅਕੜਾ ਵੀ ਲੱਗ ਗਿਆ 87 ਵੀ ਲੱਗ ਗਿਆ ਤੇ 82 ਵੀ ਲੱਗ ਗਿਆ ਇਹ ਤਿੰਨ ਅਕੜੇ ਲੱਗ ਗਏ ਫਸਟ ਠੀਕ ਹੈ ਇਸ ਤੋਂ ਬਾਅਦ ਥੱਲੇ 15000 ਵਾਲੇ ਨੇ ਲਾਈ ਸੀ 55 ਠੀਕ ਹੈ 15000 ਵਾਲੇ ਨੇ ਲਾਈ ਸੀ 55 ਤੇ 200 ਵਾਲੇ ਜੋ ਦੇ ਸਾਹਮਣੇ ਬਾਉਂਡ ਦੇ ਵਿੱਚ ਲੱਗੀ ਸੀਗੀ 58 5 ਤੇ 5 10 ਤੇ ਜਮਾ ਹੋ ਗਈ 1 1 6 ਦਾ ਓਪਨ ਲੱਗਣਾ ਸੀ ਤੇ 96 ਵੀ ਲੱਗ ਗਈ 06 ਵੀ ਲੱਗ ਗਈ ਤੇ 81 ਵੀ ਲੱਗੇ ਠੀਕ ਹੈ ਇਸ ਤੋਂ ਬਾਅਦ ਆਜੋ ਜਿੱਥੇ ੱਲੇ 2020 ਅਲ ਇਸ ਵਿੱਚੋਂ ਸ਼ੁਰੂ ਕਰ ਲਓ ਇਹ 2015 ਤੋਂ ਅਨ ਬ੍ਰੇਕ ਹੀ ਹੈ 200 ਵਾਲੇ ਬੌਂਡ ਦਾ ਓਪਨ ਤੇ 15000 ਵਾਲੇ ਬੌਂਡ ਦਾ ਓਪਨ ਦੋਨੋਂ ਨੂੰ ਜਮਾ ਕਰ ਲੈਣਾ ਜਿਹੜੀ ਜਮਾ ਹੋਵੇ ਉਹਨਾਂ ਘਾਰ ਲੈ ਲੈਣਾ ਉਹ ਤੇ ਉਹਦਾ ਘਾਰ ਨੀਚੇ ਵਾਲੀ ਪੱਟੀ 'ਚ ਕਲੋਜ਼ ਲਾਜ਼ਮੀ ਪ੍ਰਿੰਟ ਹੁੰਦਾ ਏ। ਇਹ ਵੀ ਇੱਕ منفرد ਤੇ ਨਾਇਾਬ ਰੂਟੀਨ ਜਿਹੜੀ ਮੈਂ ਤੁਹਾਡੇ ਦੋਸਤਾਂ ਦੇ ਪਿਆਰ ਦੀ ਨਜ਼ਰ ਕਰ ਰਿਹਾ ਹਾਂ। ਠੀਕ ਹੈ। ਉਹਨਾਂ ਦੇਖੋ ਜੀ ਉੱਤੇ ਲੱਗਾ ਸੀ 30 ਪਿਛਲੇ ਸਾਲ ਤੋਂ ਉੱਤੇ ਲੱਗਾ ਸੀ 30 ਪਿਛਲੇ ਸਾਲ ਤੋਂ ਚਲੇ ਜਾਂਦੇ। 305 15000 ਵਾਲੇ ਲਾਇਆ ਤੇ ਉਹਦੇ ਸਾਹਮਣੇ ਲੱਗੀ 1692 3 ਤੇ 1 4 4 ਦਾ ਘਰ 9 49 ਦਾ ਕਲੋਜ਼ لازਮੀ ਲੱਗਣਾ ਸੀ ਤੇ 69 ਲੱਗ ਗਏ 693 ਠੀਕ ਹੈ ਇਸ ਤੋਂ ਥੱਲੇ ਲੱਗਿਆ 01 ਤੇ ਉਹਦੇ ਸਾਹਮਣੇ 200 ਚ ਲੱਗੀ ਸੀ 27 ਇਹ ਜਮਾ ਆਵੀ ਜੀ ਦੋ ਦੋ ਤੇ ਦੋ ਦਾ 7 27 ਦਾ ਕਲੋਜ਼ لازਮੀ ਲੱਗਣਾ ਸੀ ਤੇ 07 ਲੱਗ ਗਈ ਥੱਲੇ ਠੀਕ ਫੇਰ ਉਸ ਤੋਂ ਥੱਲੇ 45 ਲਈ 15000 ਵਾਲੇ ਨੇ ਤੇ ਉਹਦੇ ਸਾਹਮਣੇ 200 ਵਾਲੇ ਨੇ ਲਾਈ 09 ਜਮਾ ਲਈ 4 ਤੇ 4 ਦਾ ਘਰ 9 ਇਹ 49 ਦਾ ক্লোਜ਼ ਲੱਗਣਾ ਸੀ لازمی ਲੱਗਣਾ ਸੀ ਠੀਕ ਹੈ ਤੇ 19 ਵੀ ਲੱਗ ਗਈ 99 ਵੀ ਲੱਗ ਗਈ ਤੇ 69 ਵੀ ਲੱਗ ਗਈ ਇਹ ਤਿੰਨ ਅਕੜੇ ਲਾ ਗਏ ਠੀਕ ਹੈ ਜੇ ਇਸ ਤੋਂ ਉੱਪਰ ਲੱਗੀ ਸੀ 15000 ਵਾਲੇ ਨੇ ਲਾਈ ਸੀ ਜੀ ਇਸ ਤੋਂ ਥੱਲੇ 51 ਦਾ ਅਕੜਾ 15000 ਵਾਲੇ ਨੇ ਫਸ ਲਾਇਆ ਸੀ ਤੇ 269 ਠੀਕ ਹੈ 5 ਤੇ 6 11 ਤੇ 1 ਤੇ 1 2 2 ਜਵਾਬ ਆ ਗਈ ਜਮਾ 2 ਆ ਗਈ ਇਹਦੀ 2 ਤੇ 2 ਦਾ ਘਰ 7 ਇਹ 2 7 ਦਾ ক্লোਜ਼ لازمی ਲੱਗਣਾ ਸੀ ਥੱਲੇ ਵਾਲੀ ਪੱਟੀ 'ਚ ਆ ਦੇਖੋ 37 ਵੀ ਲੱਗ ਗਈ ਤੇ 77 ਵੀ ਲੱਗ ਗਈ ਠੀਕ ਹੈ ਹੁਣ ਸਿਰਫ 2 ক্লোਜ਼ ਹੈ 3 8 ਦਾ 37 ਲਾ ਕੇ ਖਲੋਤਾ ਜੇ 15000 ਦਾ ਇਹ ਦੇਖੋ ਇਹ 37 ਦਾ ਅਕੜਾ ਲਾਇਆ 15000 ਨੇ ਠੀਕ ਹੈ ਇਹ 200 ਚ ਲੱਗ ਗਿਆ 04 ਆ 37 ਦਾ ਅਕੜਾ 15000 200 ਚ 04 ਠੀਕ ਹੋ ਗਿਆ ਇਹਨਾਂ ਦੀ ਜਮਾ ਆ ਗਈ ਜੇ 3 ਇਹ 3 8 ਦਾ ক্লোਜ਼ ਜਦੋਂ ਤੱਕ ਨਹੀਂ ਲੱਗੇਗਾ ਥੱਲੇ ਲਈ ਪੱਟੀ ਚ ਪੱਟੀ ਮੁਕੰਮਲ ਨਹੀਂ ਹੋਏ ਠੀਕ ਜਿੱਥੇ ਤੁਹਾਡੇ ਕੋ 38 ਦਾ ক্লোਜ਼ لازمی ਲੱਗੇਗਾ ਹੈ 38 ਦਾ ক্লোਜ਼ ਪੱਕਾ ਹੋਵੇ ਉਥੇ ਮੰਡ ਕੇ ਖੇਡ ਦੇ ਠੀਕ ਹੈ ਇਹ ਮੇਰੀ ਤਰਫੋਂ ਦੋ ਕਮੇਟੀਆਂ ਨੇ ਤੁਹਾਡੇ ਦੋਸਤਾਂ ਲਈ ਤੁਹਾਡੇ ਭਰਾਵਾਂ ਵਾਸਤੇ ਠੀਕ ਹੈ ਗਿਫਟ ਠੀਕ ਹੈ لازمی ਪਲੇ ਕਰਨਾ ਤੇ ਵੀਡੀਓ ਅਗਰ ਪਸੰਦ ਆਵੇ ਤੇ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਮਿਲਦੇ ਆ ਇੱਕ ਹੋਰ ਅੱਛੇ ਜੀ ਰੁਟੀਨ ਤੇ ਅਗਲੀ ਵੀਡੀਓ ਤੇ ਠੀਕ ਹੈ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ